ਚੱਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਅਸੀਂ ਭਗਦੇ ਮਸਲਿਆਂ ਨੂੰ ਤੁਹਾਡੇ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਸਕੀਏ। ਅਤੇ ਲੇਕਿਨ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੁਝ ਅਪਡੇਟਸ ਦੇ ਨਾਲ ਕਰਨਾ ਚਾਹੁੰਦਾ ਜੋ ਕਿ ਹਾਲ ਫਿਲਹਾਲ ਦੇ ਵਿੱਚ ਸੁਰਖੀਆਂ ਦੇ ਵਿੱਚ ਆਏ। ਮੁੱਦਾ ਲੈ ਕੇ ਆਏ ਸੀਗੇ ਅਸੀਂ ਦੋ ਦਿਨ ਪਹਿਲਾਂ ਜਿੱਥੇ ਅਸੀਂ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਸੀਗੀ ਔਰ ਸਸਪੈਂਸ ਸੀਗਾ ਕਿ ਇਹ ਲਾਂਘਾ ਖੁੱਲ੍ਹੇਗਾ ਨਹੀਂ ਖੁੱਲ੍ਹੇਗਾ। ਅਤੇ ਹੁਣ 14 ਮਾਰਚ ਨੂੰ ਵਫਦ ਪਾਕਿਸਤਾਨ ਤੋਂ ਇੰਡੀਆ ਜਾ ਰਿਹਾ ਅਤੇ ਉੱਥੇ ਕੈਬਨਿਟ ਦੇ ਵਿੱਚ ਹੁਣ ਵਿਚਾਰਿਆ ਗਿਆ ਕਿ ਮੋਹਰ ਲੱਗ ਸਕਦੀ ਹੈ। ਹਰੀ ਝੰਡੀ ਜਿਹੜੀ ਹੈ ਉਹ ਭਾਰਤ ਸਰਕਾਰ ਵੱਲੋਂ ਫਿਲਹਾਲ ਦਿੱਤੀ ਗਈ ਹੈ। ਲੇਕਿਨ ਜਾਣਕਾਰੀ ਹੋਰ ਕੀ ਹਾਸਿਲ ਹੋਏਗੀ ਸਾਨੂੰ 13 ਮਾਰਚ ਤੱਕ, ਹੋਰ ਕੀ ਕੁਝ ਵੇਖਣ ਨੂੰ ਮਿਲਦਾ ਉਹ ਵੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਅੱਜ ਜਿਸ ਵਿਸ਼ੇ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਮਸਲੇ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਪ੍ਰਗਟ ਕਰੋ। ਅੱਜ ਅਸੀਂ ਮੰਨਦੇ ਹਾਂ ਕਿ ਧਾਰਮਿਕ ਗੱਲਾਂ ਨੂੰ ਲੈ ਕੇ ਸਿੱਖ ਕੌਮ ਸਾਡੀ ਇਮੋਸ਼ਨਲ ਹੈ, ਔਰ ਹੋਏ ਵੀ ਕਿਉਂ ਨਾ। ਜਦ ਗੱਲ ਗੁਰੂ ਦੇ ਉੱਤੇ ਆਉਂਦੀ ਹੈ ਔਰ ਜਦ ਉਂਗਲੀ ਗੁਰੂ ਦੇ ਵੱਲ ਉਠਾਈ ਜਾਂਦੀ ਹੈ ਤਾਂ ਸਾਡੀ ਕੌਮ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਸ ਦਾ ਉਹ ਫਾਇਦਾ ਉਠਾਉਂਦੇ ਹਨ। ਉਹਨਾਂ ਨੂੰ ਲੱਗਦਾ ਕਿ ਜੋ ਅਸੀਂ ਚਾਹੁੰਦੇ ਸੀਗੇ ਹੁਣ ਕੌਮ ਉਸ ਪਾਸੇ ਤੁਰ ਪਈ ਆ, ਅਤੇ ਯਾਨੀ ਕਿ ਪੋਲੀਟੀਕਲ ਮਾਈਲੇਜ ਲਈ ਕਈ ਅਜਿਹੇ ਸਿਆਸਤਦਾਨ ਹਨ ਜੋ ਆਪਣੇ ਜ਼ਮੀਰ ਨੂੰ ਵੇਚ ਦਿੰਦੇ ਹਨ ਮੰਡੀ ਦੇ ਵਿੱਚ ਸਸਤੇ ਭਾਵ ਦੇ ਵਿੱਚ। ਕਈਆਂ ਦਾ ਭਾਵ ਮਹਿੰਗਾ ਵੀ ਹੁੰਦਾ, ਕਈਆਂ ਦਾ ਭਾਵ ਬਹੁਤ ਘੱਟ ਹੁੰਦਾ, ਔਰ ਕੌੜੀਆਂ ਦੇ ਦਾਮ ਵੀ ਵਿਕਦੇ ਨੇ ਕਈ ਕਈ, ਲੇਕਿਨ ਵੇਚ ਦਿੰਦੇ ਹਨ। ਉਹ ਕਹਿੰਦੇ ਕੋਈ ਤਾਂ ਸਾਨੂੰ ਖਰੀਦ ਲਵੋ, ਅਸੀਂ ਵਿਕਣਾ ਚਾਹੁੰਦੇ ਹਾਂ। ਔਰ ਮੈਨੂੰ ਲੱਗਦਾ ਕਿ ਜਦ ਤੋਂ ਭਾਰਤ ਆਜ਼ਾਦ ਹੋਇਆ 1947 ਤੋਂ ਬਾਅਦ, ਕਈ ਘੱਲੂਗਾਰੇ ਪੰਜਾਬ ਦੇ ਵਿੱਚ ਹੋਏ, ਲੇਕਿਨ ਕਿਸੇ ਨੇ ਵੀ ਕਦੀ ਇਹ ਸੋਚਿਆ ਕਿ ਹਮੇਸ਼ਾ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ। ਅਸੀਂ ਇਮੋਸ਼ਨਲ ਤਾਂ ਹੈ ਆਪਣੇ ਗੁਰੂ ਨੂੰ ਲੈ ਕੇ, ਮੰਨਦੇ ਹਾਂ ਇਸ ਗੱਲ ਨੂੰ, ਲੇਕਿਨ ਅਸੀਂ ਇੰਨੇ ਵੀ ਕਮਜ਼ੋਰ ਨਹੀਂ ਕਿ ਕੋਈ ਵੀ ਆਏ ਆਪਣੀ ਗੱਲਾਂ ਦੇ ਵਿੱਚ ਸਾਨੂੰ ਰਲਾਏ ਔਰ ਜੋ ਕੰਮ ਉਹ ਚਾਹੁੰਦਾ ਉਹ ਕਰਵਾਏ। ਨਾ 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 ਨਾ, ਅਸੀਂ ਇੰਨੇ ਵੀ ਕਮਜ਼ੋਰ ਨਹੀਂ ਹਾਂ। ਲੇਕਿਨ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ, ਉਹ ਲੋਕ ਸਾਡੀ ਕੌਮ ਦੇ ਵਿੱਚ ਮੌਜੂਦ ਹਨ ਜੋ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਔਰ ਜਿਸ ਕਦਰ ਉਹ ਆਪਣਾ ਕੰਮ ਕਰ ਰਹੇ ਹਨ ਅਸੀਂ ਸੋਚ ਵੀ ਨਹੀਂ ਪਾਉਂਦੇ। ਮੈਂ ਕਿਸੇ ਵੀ ਦਾਇਰੇ ਦਾ ਨਾਮ ਇਸ ਮੰਚ ਦੇ ਉੱਤੇ ਨਹੀਂ ਲਵਾਂਗਾ, ਤੁਸੀਂ ਖੁਦ ਆਪ ਸੂਝਵਾਨ ਹੋ, ਤੁਸੀਂ ਜਾਣਦੇ ਹੋ, ਤੁਸੀਂ ਅੰਦਾਜ਼ਾ ਲਾਉਣਾ ਕਿ ਉਹ ਕੌਣ ਹੈ। ਕਿਉਂਕਿ ਸਾਡੇ ਇਸ ਪ੍ਰੋਗਰਾਮ ਦਾ ਟੀਚਾ ਹੈ ਕਿ ਅਸੀਂ ਕਿਸੇ ਵੀ ਦਾਇਰੇ ਨੂੰ ਬਿਨਾਂ ਇਨਵੈਸਟੀਗੇਸ਼ਨ ਔਰ ਬਿਨਾਂ ਸਬੂਤ ਦੇ ਨਹੀਂ ਕੋਸਦੇ, ਲੇਕਿਨ ਜਦ ਸਬੂਤ ਜਨਤਕ ਹੁੰਦੇ ਹਨ, ਜਦ ਉਹਨਾਂ ਦਾ ਪ੍ਰਗਟਾਵਾ ਆਉਣਾ ਸ਼ੁਰੂ ਹੋ ਜਾਂਦਾ, ਫਿਰ ਲੱਗਦਾ ਕਿ ਕੁਝ ਨਾ ਕੁਝ ਤਾਂ ਗਲਤ ਹੈ। ਕਿਉਂਕਿ ਪ੍ਰਗਟਾਵਾ ਦੱਸਦਾ ਨਾ, ਤੁਹਾਡੀ ਬੋਡੀ ਲੈਂਗੁਏਜ ਦੱਸਦੀ ਹੈ। ਅੱਜ ਅਸੀਂ ਕਹਿੰਦੇ ਹਾਂ, ਚਲੋ ਇਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਮਾਨਦਾਰ ਸਿਆਸਤਦਾਨ ਬੋਲ ਰਿਹਾ ਔਰ ਇੱਕ ਸਿਆਸਤਦਾਨ ਸਿਆਸਤਦਾਨ ਦੀ ਤਰ੍ਹਾਂ ਬੋਲ ਰਿਹਾ। ਦੋਵੇਂ ਸਿਆਸਤਦਾਨ ਨੇ
ਦੋਵੇਂ ਪੋਲੀਟੀਸ਼ੀਅਨ ਨੇ, ਲੇਕਿਨ ਇਮਾਨਦਾਰੀ ਦੀ ਖੁਸ਼ਬੂ, ਇਮਾਨਦਾਰੀ ਦੀ ਮਹਿਕ ਤੁਸੀਂ ਹੁਣ ਸਮਝ ਜਾਂਦੇ ਹੋ। ਔਰ ਕੌਣ ਗੱਲਾਂ ਬਣਾ ਕੇ ਬੋਲ ਰਿਹਾ, ਕੌਣ ਤੁਹਾਨੂੰ ਇਮੋਸ਼ਨਲ ਕਰ ਰਿਹਾ ਧਰਮ ਦੇ ਨਾਂ ਦੇ ਉੱਤੇ, ਤੁਸੀਂ ਸਮਝ ਜਾਂਦੇ ਹੋ। ਅਜਿਹਾ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ, ਕਿਹਦੇ ਉੱਤੇ ਵਿਸ਼ਵਾਸ ਕਰੀਏ, ਕਿਹਨੂੰ ਸੌਂਪੀਏ ਪੰਜਾਬ ਦੀ ਚਾਬੀ, ਕਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਆਸਤਦਾਨ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਇਆ ਜਿਹਨੇ ਪੰਜਾਬ ਦੀ ਭਲਾਈ ਦੇ ਲਈ, ਪੰਜਾਬ ਦੇ ਹੱਕ, ਪੰਜਾਬ ਦੀ ਜ਼ਿੰਮੇਵਾਰੀ ਆਪਣੇ ਕੰਧਿਆਂ ਦੇ ਉੱਤੇ ਚੁੱਕੀ, ਉਹ ਕਿਹੜਾ ਸਿਆਸਤਦਾਨ ਹੈ? ਸਾਨੂੰ ਤਾਂ ਨਹੀਂ ਲੱਭਿਆ ਅੱਜ ਤੱਕ। ਜੇ ਤੁਹਾਨੂੰ ਲੱਭਿਆ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਜ਼ਿਕਰ ਕਰਨਾ ਉਸ ਦੇ ਬਾਰੇ। ਲੇਕਿਨ ਵਿਸ਼ਵਾਸ ਇੱਕ ਕੁੰਜੀ ਹੈ ਜੋ ਸਾਡੇ ਮਨ ਮੰਦਰਾਂ ਦੇ ਵਿੱਚ ਹੈ ਕਿ ਕੋਈ ਤਾਂ ਅਜਿਹਾ ਸਿਆਸਤਦਾਨ ਹੋਏਗਾ, ਜਾਂ ਹੋ ਵੀ ਸਕਦਾ, ਜਾਂ ਹੈ ਵੀ, ਜਿਹੜੀ ਇਮਾਨਦਾਰੀ ਦੀ ਮਹਿਕ ਸਾਹਮਣੇ ਲੈ ਕੇ ਆਏਗਾ। ਭਾਵੇਂ ਜੋ ਮਰਜ਼ੀ ਹੋ ਜਾਵੇ, ਭਾਵੇਂ ਸਾਨੂੰ ਆਪਣਾ ਬਲੀਦਾਨ ਦੇਣਾ ਪੈ ਜਾਵੇ, ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਗੁਰੂ ਦੇ ਉੱਤੇ ਕੋਈ ਉਂਗਲ ਉਠਾਵੇ ਔਰ ਸਾਡੇ ਗੁਰੂ ਨੂੰ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕਰੇ। ਲੇਕਿਨ ਇਹ ਪੰਜਾਬ ਦੇ ਵਿੱਚ ਵਾਪਰਿਆ, ਔਰ ਸਾਡਾ ਗੁਰੂ ਕੌਣ? ਗੁਰੂ ਗ੍ਰੰਥ ਸਾਹਿਬ ਜੀ। ਮੈਂ ਯਾਦ ਤੁਹਾਨੂੰ ਦਵਾਉਣਾ ਚਾਹੁੰਦਾ, ਜਦ ਅੰਗ ਅੰਗ ਫਾੜ ਕੇ ਸੁੱਟੇ ਗਏ, ਗੋਲੀਆਂ ਚਲਾਈਆਂ ਗਈਆਂ, ਤਸ਼ੱਦਤਾਂ ਹੋਈਆਂ, ਤਾਂ ਸਾਡੇ ਦਿਲਾਂ ਦੇ ਵਿੱਚ ਰੋਸ਼ ਬਾਹਰ ਆਇਆ। ਗੁਰੂ ਫਕੀਰਾਂ ਦੀ ਧਰਤੀ ਦੇ ਉੱਤੇ ਇਹ ਕੀ ਹੋ ਗਿਆ, ਕਿਹਦੀ ਨਜ਼ਰ ਲੱਗ ਗਈ? ਅੱਜ ਸਾਡੇ ਗੁਰੂ ਨੂੰ ਜ਼ਮੀਨ ਦੇ ਉੱਤੇ ਸੁੱਟ ਦਿੱਤਾ, ਨਫ਼ਰਤ ਹੋ ਗਈ ਸਾਨੂੰ ਸਾਰੇ ਸਿਆਸਤਦਾਨਾਂ ਨਾਲ, ਸਾਨੂੰ ਇਸ ਕਦਰ ਨਫ਼ਰਤ ਹੋ ਗਈ ਕਿ ਜਿਸ ਕਿਸੇ ਨੇ ਵੀ ਇਹ ਕੀਤਾ ਉਹਨੂੰ ਅਜਿਹੀ ਕੋਈ ਜਗ੍ਹਾ ਨਾ ਮਿਲੇ ਜਿੱਥੇ ਉਹ ਚੈਨ ਦੀ ਸਾਂਸ ਲੈ ਸਕੇ, ਕੋਈ ਅਜਿਹੀ ਉਹਨੂੰ ਆਬੋ ਹਵਾ ਦੇ ਵਿੱਚ ਜ਼ਿੰਦਗੀ ਨਾ ਮਿਲੇ ਜਿੱਥੇ ਉਹ ਆਪਣੇ ਆਪ ਨੂੰ ਰੱਖ ਸਕੇ, ਅਸੀਂ ਸੋਚਿਆ ਸੀਗਾ। ਔਰ ਅਸੀਂ ਇਹ ਵੀ ਕਿਆਸ ਲਗਾਏ ਸੀਗੇ ਕਿ ਉਹ ਲੋਕ ਸਾਹਮਣੇ ਆਉਣਗੇ। ਸਮਾਂ ਬਦਲਿਆ, ਸਰਕਾਰਾਂ ਬਦਲੀਆਂ, ਸਿਆਸਤਦਾਨ ਬਦਲੇ, ਲੋਕ ਬਦਲੇ, ਅਦਾਇਰੇ ਬਦਲੇ, ਲੇਕਿਨ ਨਹੀਂ ਬਦਲਿਆ ਸਾਡਾ ਦਰਦ। ਉਹ ਦਰਦ ਅੱਜ ਤੱਕ ਨਹੀਂ ਬਦਲਿਆ। ਕੀ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਨੇ, ਜਿਹੜੇ ਕਿ ਹਿੱਕ ਦੀ ਜ਼ੋਰ ਨਾਲ ਕਹਿੰਦੇ ਕਿ ਮੈਂ ਪੰਜਾਬ ਦੇ ਵਿੱਚ ਜਿਸ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਮੈਂ ਜੇਲ੍ਹ ਦੇ ਵਿੱਚ ਪਾਵਾਂਗਾ? ਟਾਰਗੇਟ ਕਿਹਨੂੰ ਕੀਤਾ? ਸ਼੍ਰੋਮਣੀ ਅਕਾਲੀ ਦਲ ਨੂੰ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਗਈ, SIT ਦਾ ਗਠਨ ਹੋ ਗਿਆ, ਵੱਖ ਵੱਖ ਸਿਆਸਤਦਾਨਾਂ ਨੂੰ SIT ਨੇ ਤਲਬ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। ਲੇਕਿਨ ਕੈਪਟਨ ਸਾਹਿਬ ਬਣਿਆ ਕੀ? ਤੁਸੀਂ IG ਉਮਰਾ ਨੰਗਲ ਨੂੰ ਫੜ ਲਿਆ, ਉਹ ਤਾਂ ਹੁਣ ਬਾਹਰ ਹੈ। ਉਹ ਤਾਂ ਕਹਿੰਦਾ ਕਿ ਤੁਸੀਂ ਹੁਣ ਮੈਨੂੰ ਫੜਨਾ ਅਤੇ 7 ਦਿਨ ਦੀ ਮੁਹਲਤ ਪਹਿਲਾਂ ਮੈਨੂੰ ਦਿਓਗੇ। ਲੇਕਿਨ ਉਹਦੇ ਉੱਤੇ ਇਹ ਵੀ ਹੈ ਕਿ ਅਗਰ ਜੇਲ੍ਹ ਦੇ ਵਿੱਚ ਉਹ ਬੰਦ ਨਹੀਂ ਹੈ ਜਾਂ ਫਿਰ ਕੋਈ ਅਜਿਹੀ ਕਾਰਾਵਾਸ ਉਹਨੂੰ ਨਹੀਂ ਹੋਈ ਹੋਈ, ਹੁਣ ਤਾਂ ਚੁਣੌਤੀ ਦਿੰਦੀ ਹੈ ਤੁਹਾਨੂੰ ਸਿੱਧਾ ਸ਼੍ਰੋਮਣੀ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਕਿ ਅਸੀਂ SIT ਦਾ ਕੋਈ ਸਾਥ ਨਹੀਂ ਦੇਵਾਂਗੇ। ਤੁਹਾਨੂੰ ਓਪਨ ਚੈਲੰਜ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕੈਪਟਨ ਸਾਹਿਬ ਕਿ SIT ਬਦਲਾਖੋਰੀ ਦੀ ਰਾਜਨੀਤੀ ਕੈਪਟਨ ਸਾਹਿਬ ਸਾਡੇ ਨਾਲ ਨਾ ਕਰੋ, ਅਸੀਂ SIT ਨੂੰ ਹੁਣ ਨਹੀਂ ਮੰਨਦੇ। ਅਤੇ ਕੈਪਟਨ ਸਾਹਿਬ ਤੁਸੀਂ ਕੱਲ੍ਹ ਮੋਗਾ ਦੀ ਰੈਲੀ ਦੇ ਵਿੱਚ ਕਿਹਨੂੰ ਸੁਣਾ ਰਹੇ ਸੀਗੇ?
ਉਹ ਪੰਜਾਬ ਦੀ ਭੋਲੀ ਵਾਲੀ ਜਨਤਾ ਨੂੰ ਸੁਣਾ ਰਹੇ ਸੀਗੇ ਕਿ ਅੰਦਰ ਪਾ ਦਾਂਗਾ ਮੈਂ ਇਹਨਾਂ ਨੂੰ, ਮੈਂ ਇਹਨਾਂ ਦੇ ਨਾਲ ਇਹ ਕਰ ਦਾਂਗਾ, ਕਿ ਆਪਣੇ ਹਾਈਕਮਾਨ ਨੂੰ ਖੁਸ਼ ਕਰ ਰਹੇ ਸੀਗੇ ਰਾਹੁਲ ਗਾਂਧੀ ਨੂੰ। ਸੁਣਦੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ, ਵੇਖੋ ਆਪ ਵੇਖੋ ਤੁਸੀਂ ਕੀ ਕਹਿ ਰਹੇ ਨੇ। ਕੱਲੇ ਕੱਲੇ ਨੂੰ ਅੰਦਰ ਕਰ ਦਾਂਗਾ ਕੈਪਟਨ ਸਾਹਿਬ, ਉੱਥੇ ਕੱਲੇ ਕੱਲੇ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹ ਕਹਿ ਰਹੇ ਨੇ ਤੁਹਾਨੂੰ ਅਸੀਂ SIT ਨੂੰ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ ਜੋ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਸਾਫ ਚੁਣੌਤੀ ਦੇ ਰਹੀ ਹੈ ਮੈਦਾਨ ਦੇ ਵਿੱਚ, ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਕੈਪਟਨ ਸਾਹਿਬ, ਦੇਖ ਲਓ ਸੁਣ ਲਓ ਕੀ ਕਹਿ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਬੁਲਾਰੇ। ਉਹ ਅਮਰਿੰਦਰ ਸਮਝਾ ਉਸਦੇ ਵਜ਼ੀਰ ਚਾਹੁੰਦੇ ਨੇ, ਜੋ ਰੋਜ਼ ਬਿਆਨ ਦੇਈ ਜਾਂਦੇ ਨੇ, ਭਾਵੇਂ ਉਹਨਾਂ ਦਾ ਪਾਰਟੀ ਪ੍ਰੈਜ਼ੀਡੈਂਟ ਹੈ, ਭਾਵੇਂ ਉਹਨਾਂ ਦੇ ਵਜ਼ੀਰ ਨੇ, ਅਤੇ ਭਾਵੇਂ ਚੀਫ ਮਿਨਿਸਟਰ ਹੈ। ਇਹਦਾ ਮਤਲਬ ਹੈ ਕਿ ਉਹੀ ਚੀਫ ਮਿਨਿਸਟਰ ਹੈ, ਉਹੀ ਜੱਜ ਹੈ, ਉਹੀ ਸਜ਼ਾ ਦੇਣ ਵਾਲਾ, ਉਹੀ ਇਨਕੁਆਇਰੀ ਕਰਨ ਵਾਲਾ। ਇਸ ਕਰਕੇ ਅਸੀਂ ਜਿੱਥੇ ਇਸ ਸਾਰੀ ਘਟਨਾ ਦੀ ਨਿੰਦਿਆ ਕਰਦੇ ਹਾਂ, ਉੱਥੇ ਅਸੀਂ ਸਿੱਟ ਨਾਲ ਵੀ ਜੋ ਹੈ ਅੱਜ ਤੋਂ ਬਾਅਦ ਕੋਈ ਕੋਪਰੇਟ ਨਹੀਂ ਕਰਾਂਗੇ, ਅਸੀਂ ਸਿੱਟ ਦਾ ਵੀ ਬਾਈਕਾਟ ਕਰਦੇ ਹਾਂ। ਇਹ ਤਾਂ ਐਮਰਜੈਂਸੀ ਤੋਂ ਵੀ ਬਦਤਰ ਹਾਲਾਤ ਹੋ ਗਏ ਕਿ ਟੈਲੀਫੋਨ ਕੋਈ MLA ਕਰ ਬੈਠੇ ਅਤੇ ਉਹਨੂੰ ਕਈ ਸਾਲਾਂ ਬਾਅਦ ਤੁਸੀਂ ਇੱਕ ਸਿੱਟੀ ਫਿਰੋ ਕਿ ਤੂੰ ਫਲਾਣੇ ਨਾਲ ਟੈਲੀਫੋਨ ਦੇ ਉੱਤੇ ਗੱਲ ਕੀਤੀ ਸੀ। ਮੈਂ ਸਮਝਦਾ ਬੜਾ ਵੱਡਾ ਇਹ ਇੱਕ ਖਤਰਾ ਡੈਮੋਕ੍ਰੈਟਿਕਲੀ ਇਲੈਕਟਡ ਰਿਪ੍ਰੈਜੈਂਟੇਟਿਵ ਵਾਸਤੇ ਆ, ਜਿਹਨੂੰ ਹਾਈਲਾਈਟ ਕਰਨ ਵਾਸਤੇ ਅਸੀਂ ਜਿਹੜਾ ਗਵਰਨਰ ਸਾਹਿਬ ਨੂੰ ਮਿਲਾਂਗੇ। ਉੱਧਰ ਅਕਾਲੀ ਦਲ ਦੇ ਕੈਪਟਨ ਸਾਹਿਬ ਦੱਸੋ ਕੀ ਕਰ ਰਹੇ ਹੋ ਤੁਸੀਂ, ਇਕੱਲੇ ਇਕੱਲੇ ਨੂੰ ਅੰਦਰ ਕਰਾਂਗੇ, ਉਹ ਤਾਂ ਇਕੱਲਾ ਇਕੱਲਾ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਔਰ ਤੁਹਾਨੂੰ ਕਹਿ ਰਹੇ ਕਿ ਅਸੀਂ SIT ਨੂੰ ਨਹੀਂ ਮੰਨਦੇ। ਜਾਂ ਤਾਂ ਤੁਸੀਂ ਇਹ ਕਹੋ ਕਿ ਉਹਨਾਂ ਦੇ ਉੱਤੇ ਦਬਾਅ ਪੈ ਗਿਆ ਹੁਣ, SIT ਕਰਕੇ ਪ੍ਰੈਸ਼ਰ ਪੈ ਗਿਆ, ਇਸ ਕਰਕੇ ਹੁਣ ਉਹ ਕਹਿ ਰਹੇ ਨੇ ਕਿ SIT ਨੂੰ ਨਹੀਂ ਮੰਨਦੇ। ਤੁਸੀਂ ਇਹ ਵੀ ਕਿਹਾ ਸੀਗਾ ਕਿ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅੰਦਰ ਕਰ ਦਾਂਗਾ, ਸੁਖਬੀਰ ਬਾਦਲ ਨੂੰ ਵੀ ਅੰਦਰ ਕਰ ਦਾਂਗਾ, ਲੇਕਿਨ ਫਿਰ ਕਿਸ ਕਰਕੇ ਤੁਸੀਂ ਰੁਕੇ ਹੋਏ ਹੋ? ਜਾਂ ਫਿਰ ਇਹ ਪੋਲੀਟੀਕਲ ਸਟੰਟ ਮੰਨੀਏ 2019 ਦੀ ਲੋਕ ਸਭਾ ਚੋਣਾਂ ਦਾ? ਦੱਸ ਦਿਓ ਕੈਪਟਨ ਸਾਹਿਬ, ਮਹਾਰਾਜਾ ਸਾਹਿਬ ਦੱਸ ਦਿਓ, ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ। ਸੁਖਬੀਰ ਬਾਦਲ ਦੇਖ ਲਓ ਕੀ ਕਹਿ ਰਹੇ ਨੇ ਸਰੇਆਮ, ਇੱਕ ਵਾਰੀ ਸੁਣ ਲਓ, ਇਹ ਵਾਰੀ ਸੁਣੋ ਤੁਸੀਂ। ਕੈਪਟਨ ਸਾਹਿਬ ਦੀ ਬੀ ਟੀਮ ਬਣ ਕੇ ਕੰਮ ਚੱਲ ਰਿਹਾ, ਅਸੀਂ ਪਹਿਲੇ ਸੀ ਜਿਨ੍ਹਾਂ ਨੇ ਆਪਣੇ ਬਿਆਨ ਦਿੱਤੇ ਜਾ ਕੇ, ਜਿਵੇਂ ਰਣਜੀਤ ਸਿੰਘ ਕਮਿਸ਼ਨ ਨੇ ਕੈਪਟਨ ਦੀ ਬੋਲੀ ਬੋਲ ਕੇ ਜਿਵੇਂ ਫਰੋਡ ਕੀਤਾ, ਉਵੇਂ ਆ SIT ਕਰ ਰਹੀ ਹੈ। ਅਸੀਂ ਸਟਰੋਂਗਲੀ ਰਿਜੈਕਟਡ ਜਿਹੜੀ SIT ਨੂੰ, ਕੋਈ ਅਸੀਂ ਸਾਨੂੰ ਕੋਈ ਵੀ ਨਹੀਂ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਤੇ ਅਸੀਂ ਨਹੀਂ ਮੰਨਦੇ, ਸ਼੍ਰੋਮਣੀ ਅਕਾਲੀ ਦਲ ਸਾਫ ਤੁਹਾਨੂੰ ਲਲਕਾਰਦੀ ਹੈ, ਫਿਰ ਤੁਸੀਂ ਕਿਹਨੂੰ ਅੰਦਰ ਕਰੋਗੇ? ਇੱਕ ਵਾਰੀ ਦੱਸ ਦਿਓ ਸਾਨੂੰ, ਦੱਸ ਦਿਓ ਕਿਵੇਂ ਕਰੋਗੇ ਇਸ ਮਸਲੇ ਦਾ ਨਿਪਟਾਰਾ, ਕਿਵੇਂ ਕਰੋਗੇ ਤੁਸੀਂ ਇਸ ਮੁੱਦੇ ਦੇ ਉੱਤੇ ਅਗਵਾਈ? ਕਰਾਂਗੇ ਅੱਜ ਇਸ ਉੱਤੇ ਵਿਚਾਰ ਵਟਾਂਦਰਾ। ਇਹੀ ਹੈ ਅੱਜ ਦਾ ਮੁੱਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਦੋਸਤੋ, ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਕਹਿੰਦੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਕਹਿੰਦੀ ਹੈ ਅਸੀਂ ਨਹੀਂ ਮੰਨਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ, SIT ਨੂੰ। ਔਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਇਕੱਲੇ ਇਕੱਲੇ ਨੂੰ ਅੰਦਰ ਪਾ ਦਾਂਗਾ। ਕਿਹਨੂੰ ਅੰਦਰ ਪਾਓਗੇ ਕੈਪਟਨ ਸਾਹਿਬ? ਇਹ ਜਾਣਨਾ ਚਾਹੁੰਦਾ ਸਿੱਖ ਡਾਇਸਪੋਰਾ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਸਾਡੇ ਭਰਾ ਜੋ ਇਸ ਟਾਈਮ ਸਾਨੂੰ ਵੇਖ ਰਹੇ ਨੇ, NRI ਭਰਾ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਤੁਹਾਨੂੰ ਦਿੱਤੀ ਹੈ ਪੰਜਾਬ ਦੀ ਚਾਬੀ, ਔਰ ਗੁਰੂ ਸਾਹਿਬ ਦੀ ਇੰਨੀ ਵੱਡੀ ਬੇਦਬੀ ਹੋ ਗਈ, ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਕੱਲੇ ਇਕੱਲੇ ਨੂੰ ਅੰਦਰ ਕਰਾਂਗਾ। ਅੱਜ ਤੱਕ ਕਿਹਨੂੰ ਅੰਦਰ ਕੀਤਾ? ਸਰਕਾਰ ਬਣਦੇ ਹੋਏ ਤੁਹਾਨੂੰ 2.5 ਸਾਲ ਹੋ ਗਏ, ਕਿਹਨੂੰ ਤੁਸੀਂ ਅੰਦਰ ਕੀਤਾ ਔਰ ਕੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ? ਸਿੱਖ ਡਾਇਸਪੋਰਾ ਤੁਹਾਡੇ ਤੋਂ ਬਹੁਤ ਨਾਰਾਜ਼ ਹੈ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਸਾਹਿਬ ਫਰੀਮੋਨ ਕੈਲੀਫੋਰਨੀਆ ਦੇ ਸੇਵਾਦਾਰ ਹਨ, ਮੁੱਖ ਸੇਵਾਦਾਰ ਹਨ, ਪ੍ਰੈਜ਼ੀਡੈਂਟ ਹਨ ਔਰ ਕੌਂਸਲ ਕਮੇਟੀ ਦੇ ਵੀ ਮੈਂਬਰ ਹਨ। ਮੈਂ ਜਾਣਨਾ ਚਾਹੁੰਦਾ ਉਹਨਾਂ ਦੇ ਵਿਚਾਰ ਕੀ, ਇਸ ਮੁਤਲਕ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਜੰਡੀ ਸਾਹਿਬ, ਤੁਸੀਂ ਔਨ ਏਅਰ ਹੋ, ਆਪਣੇ ਵਿਚਾਰ ਰੱਖ ਸਕਦੇ ਹੋ, ਔਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਜਸ ਪੰਜਾਬੀ ਦੇ ਸਰੋਤੇ ਆ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵਿਚਾਰ ਜੀ ਇਸ ਬਾਰੇ ਹੈਗੇ ਆ ਵੀ ਦੇਖੋ, ਸਰਕਾਰ ਨੇ ਬਹੁਤ ਜ਼ੋਰ ਲਾਇਆ। ਮੈਂ ਇੱਕ ਗੱਲ ਕਹੂੰਗਾ ਕਿ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਵਾਸਤੇ ਇਹ ਹਰ ਕੋਸ਼ਿਸ਼ਾਂ ਜਾਰੀ ਰਹੀਆਂ, ਪਰ ਸਿੱਖ ਭਾਵੇਂ ਕਿਸੇ ਰੂਪ ਵਿੱਚ ਵੀ ਹਨ, ਚਾਹੇ ਉਹ ਅੰਮ੍ਰਿਤਧਾਰੀ, ਚਾਹੇ ਉਹ ਸਹਿਜਧਾਰੀ ਜਾਂ ਮੋਨੇ ਸਿੱਖ, ਕਿਸੇ ਵੀ ਸਿੱਖ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਨਹੀਂ ਸਕਦੇ। ਜੋ ਗੁਰੂ ਗ੍ਰੰਥ ਸਾਹਿਬ ਦੀਆਂ
ਪੈਦਵੀਆਂ ਹੋਈਆਂ, ਚਾਹੇ ਉਹ 1986 ਵਿੱਚ ਨਕੋਦਰ ਕਾਂਡ ਲਾ ਲਓ, ਉਸ ਤੋਂ ਬਾਅਦ ਅਨੇਕਾਂ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਅਤੇ ਜੋ ਹੁਣ ਘਟਨਾ ਬਹਿਬਲ ਕਲਾਂ ਅਤੇ ਬਰਗਾੜੀ ਵਰਗੇ ਕਾਂਡ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਉੱਥੇ ਹੀ ਬਹਿਬਲ ਕਲਾਂ ਵਿਖੇ ਗੋਲੀ ਚਲਾ ਕੇ ਸਾਡੇ ਸਿੰਘ ਸ਼ਹੀਦ ਕੀਤੇ, ਅਤੇ ਅੱਜ ਤਾਈਂ ਕੋਈ ਵੀ ਇਨਸਾਫ ਨਹੀਂ ਮਿਲਿਆ। ਜਿਵੇਂ ਕਿ ਹੁਣ ਨਿਖਰ ਕੇ ਲੀਡਰਸ਼ਿਪ ਜਿਹੜੀ ਅੱਗੇ ਆ ਗਈ ਆ, ਕਈ ਲੀਡਰਸ਼ਿਪ ਨੇ ਹੀ ਇਹ ਸਾਰਾ ਕੁਝ ਕਰਾਇਆ, ਅਤੇ ਜਿਹੜੀ ਅਕਾਲੀ ਲੀਡਰਸ਼ਿਪ ਅੱਜ ਕਹਿ ਰਹੀ ਹੈ ਸ਼੍ਰੋਮਣੀ ਅਕਾਲੀ ਦਲ SIT ਦੇ ਨਾਲ ਉਹ ਕੋਈ ਕੋਪਰੇਟ ਨਹੀਂ ਕਰਨਗੇ, ਇਹ ਸੰਗਤ ਦੀ ਕਚਹਿਰੀ ਦੇ ਵਿੱਚ ਜਿਹੜੀ ਆ, ਇਹ ਸੰਗਤ ਦੇ ਵਿੱਚ ਬਹੁਤ ਰੋਹ ਵੀ ਆ, ਸਪੈਸ਼ਲੀ ਜਿਹੜੀ ਸੰਗਤ ਵਿਦੇਸ਼ਾਂ ਵਿੱਚ ਵੱਸਦੀ ਆ, ਜਿਨ੍ਹਾਂ ਨੂੰ ਟਾਈਮ ਟੂ ਟਾਈਮ ਮੀਡੀਆ ਦੇ ਰਾਹੀਂ ਜੋ ਜਾਣਕਾਰੀ ਮਿਲਦੀ ਆ, ਕਿਉਂਕਿ ਬਾਹਰ ਮੀਡੀਆ ਜੋ ਆਜ਼ਾਦ ਹੈ, ਅਸੀਂ ਇਹੋ ਜਿਹੇ ਡੈਮੋਕਰੇਟ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ, ਇਸ ਕੰਟਰੀ ਦੇ ਵਿੱਚ ਸਾਨੂੰ ਚਾਹੇ ਅਸੀਂ ਮਨੋਰਟੀ ਹੋਈਏ ਜਾਂ ਕਿਸੇ ਵੀ ਧਰਮ ਨੂੰ ਬਿਲੋਂਗ, ਹਰ ਬੰਦਾ ਇੱਥੇ ਜਿਹੜਾ ਉਹ ਆਪਣੇ ਧਾਰਮਿਕ ਤੌਰ 'ਤੇ ਆਜ਼ਾਦ ਵਾ, ਹਰੇਕ ਨੂੰ ਮਤਲਬ ਆਪਣਾ ਧਰਮ ਆਜ਼ਾਦੀ ਦੇ ਨਾਲ ਤੁਸੀਂ ਇੱਥੇ ਉਸ ਨੂੰ ਪ੍ਰੈਕਟਿਸ ਕਰ ਸਕਦੇ ਹੋ, ਅਤੇ ਉਸ ਪਿੱਛੇ ਸਾਰੀ ਰਾਜਨੀਤੀ ਜਿਹੜੀ ਆ, ਜੋ ਬਹਿਬਲ ਕਲਾਂ ਜਾਂ ਬਰਗਾੜੀ ਵਰਗੇ ਕਾਂਡ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਤੇ ਉਸ ਪਿੱਛੇ ਸਾਰੀ ਰਾਜਨੀਤੀ ਉੱਭਰ ਕੇ ਸਾਹਮਣੇ ਆ ਚੁੱਕੀ ਹੈ। ਅਕਾਲੀ ਹੁਣ BJP ਦੀ ਹੀ ਇੱਕ ਬ੍ਰਾਂਚ ਸਮਝੋ, BJP ਨੇ ਸਾਰਾ ਹਿੰਦੁਸਤਾਨ ਭਗਵਾ ਕਰਨ ਦਾ ਨਾਰਾ ਦਿੱਤਾ ਹੈ, ਕੋਈ ਘੱਟ ਗਿਣਤੀ ਆਪਣੇ ਧਾਰਮਿਕ ਰੋਹ ਰੀਤਾਂ ਨਾਲ ਲੱਗਦਾ ਹੈ ਕਿ ਉੱਥੇ ਰਹਿ ਨਹੀਂ ਸਕਦੇ ਸਕੇ, ਉਹਨਾਂ ਨੇ ਬਾਕੀ ਧਰਮਾਂ ਨੂੰ ਨੂੜ ਕੇ ਉਹਨਾਂ ਦਾ ਹਿੰਦੂਕਰਨ ਕਰਨਾ ਹੈ, ਅਤੇ ਜਿਵੇਂ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨਾਲ ਉਹ ਸਿੱਖਾਂ ਨੂੰ ਟੈਸਟ ਕਰਦੇ ਹਨ। ਅਤੇ ਆਲੂਵਾਲੀਆ ਸਾਹਿਬ, ਤੁਸੀਂ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਸਿੱਖਾਂ ਨੂੰ ਟੈਸਟ ਕਰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਕਿ ਸਿੱਖ ਬੋਧੀਆਂ ਵਾਂਗ ਦੇਸ਼ ਛੱਡ ਕੇ ਭੱਜਣ ਵਾਲੇ ਨਹੀਂ। ਜਿਸ ਧਰਤੀ ਤੇ ਗੁਰੂ ਦੀ ਸ਼ੋਅ ਪ੍ਰਾਪਤ ਹੈ ਉਹਦੇ ਲਈ ਮਰ ਮਿਟ ਜਾਣਗੇ, ਪਰ ਗੁਰੂ ਨੂੰ ਪਿੱਠ ਨਹੀਂ ਦਿਖਾਉਣਗੇ। ਬਹਿਬਲ ਕਲਾਂ ਜਾਂ ਬਰਗਾੜੀ ਦੇ ਵਿੱਚ ਦੇਖੋ, ਸਿੱਖ ਕੌਮ ਨੇ ਇੱਕ ਦਿਖਾ ਦਿੱਤਾ ਕਿ ਉਹਨਾਂ ਦਾ ਗੁਰੂ ਪ੍ਰਤੀ ਕਿੰਨਾ ਪਿਆਰ ਆ। ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤ ਜੋ ਮੋਰਚੇ ਵਿੱਚ, ਬਰਗਾੜੀ ਮੋਰਚੇ ਦੇ ਵਿੱਚ ਸ਼ਾਮਿਲ ਹੁੰਦੀ ਰਹੀ ਆ। ਸੋ ਭਾਵੇਂ ਜਗ੍ਹਾ ਜਗ੍ਹਾ 'ਤੇ ਸਿੱਖਾਂ ਨੂੰ ਹਮੇਸ਼ਾ ਹੀ ਟੈਸਟ ਕੀਤਾ ਜਾਂਦਾ ਹੈ, ਪਰ ਸਿੱਖ ਤੋਂ ਬੇਮੁੱਖ ਨਹੀਂ। ਇਹ ਅਕਾਲੀ ਜੋ ਆਪਣੇ ਆਪ ਨੂੰ ਕਹਿੰਦੇ ਸਿੱਖ ਆ, ਪਰ ਇਹ ਇੱਕ BJP ਹਿੰਦੂਤਵਾਦ ਦਾ ਇੱਕ ਹਿੱਸਾ ਨੇ, ਇਹ ਉਹਨਾਂ ਨੂੰ ਖੁਸ਼ ਕਰਦੇ ਅਤੇ ਸਿੱਖਾਂ ਦੇ ਹਮੇਸ਼ਾ ਹੀ ਚੱਲੇ ਆ। ਸੂਬੇ ਦੇ ਮੁੱਖ ਮੰਤਰੀ ਮਹਾਰਾਜਾ ਸਾਹਿਬ ਦਾ ਵੀ ਇਹ ਬਿਆਨ ਆਇਆ ਕਿ ਮੈਂ ਇਕੱਲੇ ਇਕੱਲੇ ਨੂੰ ਅੰਦਰ ਕਰ ਦੇਵਾਂਗਾ, ਕੀ ਲੱਗਦਾ ਤੁਹਾਨੂੰ? ਇਹ ਜੀ ਡਰਾਮੇ ਆ ਸਾਰੇ, ਇਹ ਸਾਰੇ ਹੀ ਇੱਕ ਆ, ਇਹ ਰਲੇ ਹੋਏ ਆ ਸਾਰੇ ਹੀ। ਜੇ ਕਰਨਾ ਹੁੰਦਾ ਤੇ ਹੁਣ ਤਾਈ ਸਿੱਖਾਂ ਨੂੰ ਕੋਈ ਨਾ ਕੋਈ ਇਨਸਾਫ਼ ਜ਼ਰੂਰ ਮਿਲ ਜਾਂਦਾ। ਜਿਹੜੇ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਹੱਥ 'ਚ ਫੜ ਕੇ ਝੂਠੀਆਂ ਸੌਹਾਂ ਖਾ ਸਕਦੇ ਆ, ਤੁਸੀਂ ਉਹਨਾਂ ਤੋਂ ਕਿੰਨੀ ਕੁ ਆਸ ਰੱਖਦੇ ਆ ਕਿ ਉਹ ਸਿੱਖਾਂ ਨੂੰ ਕੋਈ ਇਨਸਾਫ ਦੇ ਸਕਦੇ ਆ? ਪੁਰਾਣੇ ਸਮਿਆਂ ਦੇ ਵਿੱਚ ਸਿੱਖ ਜਦੋਂ ਕਿਤੇ ਕੋਈ ਬੇਅਦਬੀ ਹੁੰਦੀ ਸੀ, ਉਸ ਨੂੰ ਸੋਧਾ ਲਾ ਕੇ ਹੀ ਆਪਣਾ ਜਿਹੜਾ ਉਹ ਇਨਸਾਫ ਲੈਂਦੇ ਸੀ। ਪਰ ਅੱਜ ਅਸੀਂ ਇਹਨਾਂ ਵੱਲ ਦੇਖਦੇ ਹਾਂ ਕਿ ਇਹ
ਲੋਕ ਸਾਨੂੰ ਕੋਈ ਸਿੱਖ ਕੌਮ ਨੂੰ ਕੋਈ ਇਨਸਾਫ ਦੇਣਗੇ। ਜੇ 1986 ਵਿੱਚ ਨਕੋਦਰ ਦਾ ਕਾਂਡ ਹੋਇਆ, ਮੈਂ ਉਹਨਾਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਮੇਰੇ ਕੋਈ ਪਰਿਵਾਰਕ ਵੀ ਇੱਕ ਦੋ ਨਾਲ ਸੰਬੰਧ ਸੀ, ਜਿਵੇਂ ਕਿ ਪਰਮਿੰਦਰ ਸਿੰਘ ਸੀ, MA ਦਾ ਡਬਲ MA ਦਾ ਸਟੂਡੈਂਟ ਸੀ, ਚੌਂ ਭੈਣਾਂ ਦਾ ਇਕੱਲਾ ਹੀ ਭਰਾ ਸੀ। ਅਤੇ ਉਹਨਾਂ ਦੇ ਜਦੋਂ ਭੱਜ ਕੇ ਜਾ ਕੇ ਮਿਸਤਰੀਆਂ ਦੇ ਆਰੇ ਦੇ ਥੱਲੇ ਲੁਕੇ ਜਾ ਕੇ ਉਸ ਟਾਈਮ, ਅਤੇ ਉਹਨਾਂ ਨੂੰ ਆਰੇ ਦੇ ਥੱਲਿਓਂ ਬਾਹਰ ਨਿਕਾਲ ਕੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਅੱਜ ਤਾਈਂ ਵੀ ਉਹਨਾਂ ਦੇ ਪਰਿਵਾਰ ਸਾਡੇ ਪਾਸ ਇੱਥੇ, ਇੱਕ ਉਸ ਨੌਜਵਾਨ ਦੇ ਬਾਪ ਅਤੇ ਉਹਦਾ ਭਰਾ ਇੱਥੇ ਸਟੈਂਫਰਡ ਯੂਨੀਵਰਸਿਟੀ ਵਿੱਚ ਡਾਕਟਰ ਆ, ਭਾਈ ਹਰਿੰਦਰ ਸਿੰਘ ਜੀ, ਅਤੇ ਉਹ ਪਿੰਡ ਲਿੱਤਰਾਂ ਤੋਂ ਸੀ। ਅੱਜ ਵੀ ਉਹ ਇਨਸਾਫ ਲਈ ਮਤਲਬ ਜਗ੍ਹਾ ਜਗ੍ਹਾ ਤੇ ਜਾ ਕੇ ਆਪਣੀ ਆਵਾਜ਼ ਉਠਾ ਰਹੇ ਆ। ਬਿਲਕੁਲ, ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜਿਵੇਂ ਤੁਸੀਂ ਦੱਸ ਰਹੇ ਹੋ। ਜੰਨੀ ਸਾਹਿਬ, ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ ਜਾਂਦੇ ਜਾਂਦੇ, ਕਿਉਂਕਿ ਮੈਨੂੰ ਸਮਾਂ ਜ਼ਿਆਦਾ ਇੱਥੇ ਬ੍ਰੇਕ ਦਾ ਦੇ ਰਿਹਾ, ਲੇਕਿਨ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ। ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਕਿ ਆਪਾਂ ਲਗਾਤਾਰ ਵੇਖਦੇ ਹਾਂ ਕਿ ਸਾਡੇ ਜਿਹੜੇ ਸ਼ਹੀਦ ਹੋਏ ਉਹਨਾਂ ਨਾਲ ਤਸ਼ੱਦਦਾਂ ਹੋਈਆਂ, ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਟਕਸਾਲੀ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ ਹੈ, ਕੀ ਪੰਥ ਨੂੰ ਹੁਣ ਉਹਨਾਂ ਤੋਂ ਕੁਝ ਉਮੀਦ ਹੈ? ਮੈਨੂੰ ਲੱਗਦਾ ਆ ਵੀ ਹਿੰਦੁਸਤਾਨ ਦੀ ਜਿਹੜੀ ਸਿਆਸਤ ਆ ਉਹਨਾਂ ਤੋਂ ਤੁਸੀਂ ਬਹੁਤੀ ਕੋਈ ਉਮੀਦ ਨਹੀਂ ਰੱਖ ਸਕਦੇ। ਇਹ ਸਿੱਖ ਕੌਮ ਹੀ ਕਿਤੇ ਗਾਂ ਮਤਲਬ ਗੁਰੂ ਸਾਹਿਬ ਕਿਰਪਾ ਕਰਨ, ਕੁਛ ਸਮਾਂ ਸੀ ਜਦੋਂ ਸਿੱਖਾਂ ਦੀ ਬੜੀ ਚੜ੍ਹਾਈ ਸੀ, ਪਰ ਸਿੱਖ ਜਿਹੜੇ ਹਮੇਸ਼ਾ ਸਿੱਖਾਂ ਦਾ ਜਦੋਂ ਨੁਕਸਾਨ ਹੋਇਆ, ਜਾਂ ਉਹਨਾਂ ਨੂੰ ਟਾਊਟ ਕਹਿ ਦਿਓ ਜਾਂ ਉਹਨਾਂ ਨੂੰ ਗਦਾਰ ਕਹਿ ਦਿਓ, ਸਮੇਂ ਸਮੇਂ ਦੇ ਨਾਲ ਚਾਹੇ ਪੁਰਾਣੇ ਰਾਜ ਦੇਖ ਲਓ, ਆਪਣਾ ਸਿੱਖ ਰਾਜ ਗਿਆ, ਉਹ ਗਦਾਰਾਂ ਨੇ ਹੀ ਬੇੜਾ ਡੋਬਿਆ ਸਿੱਖ ਕੌਮ ਜੀ ਕੁਰਬਾਨੀਆਂ ਕਰਨ ਨੂੰ। ਮਤਲਬ ਕੌਮ ਦੇ ਵਿੱਚ ਹੀ ਗਦਾਰ ਨੇ, ਉਹਨਾਂ ਨੂੰ ਪਛਾਣਨ ਦੀ ਲੋੜ ਹੈ ਔਰ ਪੰਥ ਤੋਂ ਕੱਢਣ ਦੀ ਲੋੜ ਹੈ। ਬਿਲਕੁਲ, ਲੇਕਿਨ ਕੌਣ ਕੱਢੇਗਾ ਇਹ ਵੀ ਵੱਡਾ ਸਵਾਲ ਬਣਦਾ ਹੈ, ਇਹ ਵੀ ਇੱਕ ਵਿਸ਼ਾ ਬਣਦਾ ਹੁਣ ਮੈਨੂੰ ਲੱਗਦਾ, ਕੱਢੇਗਾ ਕੌਣ? ਇਹ ਆਪਣੇ ਹਰਕੀਰਤ ਸਿੰਘ ਜੀ ਜੀ, ਇਹ ਗੁਰੂ ਸਾਹਿਬ ਹੀ ਕਲਾ ਕੋਈ ਵਰਤਾਉਣਗੇ ਜੀ ਜੀ ਜੀ, ਤੇ ਗੁਰੂ ਦੀ ਜਦੋਂ ਕਲਾ ਵਰਤੀ ਫਿਰ ਗੁਰੂ ਸਾਹਿਬ ਆਪੇ ਹੀ ਕੋਈ ਇਹੋ ਜਿਹਾ ਯੋਧਾ ਭੇਜਦੇ ਆ ਜਿੱਥੇ ਕੌਮ ਜਿਹੜੀ ਆ ਇਕੱਠੀ ਹੋ ਜਾਂਦੀ ਆ। ਠੀਕ ਹੈ, ਸੋ ਗੁਰੂ ਸਾਹਿਬ ਕਲਾ ਵਰਤਾਉਣਗੇ, ਸਿੱਖਾਂ ਨੂੰ ਰਾਜ ਭਾਈ ਮਿਲੂਗਾ। ਠੀਕ ਹੈ, ਸਿੱਖਾਂ ਦੇ ਰਾਜ ਤੋਂ ਬਗੈਰ ਕੋਈ ਇਸ ਵੇਲੇ ਚਾਰਾ ਨਹੀਂ ਗਾ ਜੋ ਅੱਜ ਹੋ ਰਿਹਾ। ਦੇਖੋ ਕਸ਼ਮੀਰ ਵਿੱਚ ਜੀ ਉਹਨਾਂ ਨੇ ਕਸ਼ਮੀਰੀਆਂ ਦੀ ਕੀ ਹਾਲਤ ਕੀਤੀ, ਚਾਹੇ ਉਹ ਕਿਸੇ ਵੀ ਹਿੰਦੁਸਤਾਨ ਦੇ ਕੋਰਨਰ ਤੇ ਸੀਗੇ, ਸਿੱਖਾਂ ਨੇ ਭਾਵੇਂ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਸੇਵ ਕੀਤਾ, ਪਰ ਉਹ ਮੁਸਲਮਾਨਾਂ ਦੇ ਪਿੱਛੇ ਘੱਟ ਗਿਣਤੀਆਂ ਹੋਰ ਆ ਜਿਵੇਂ ਸਿੱਖਾਂ ਨੂੰ। ਇਹ ਆਉਣ ਵਾਲਾ ਸਮਾਂ ਦੇਖੋ ਗੁਰੂ ਸਾਹਿਬ ਕਿਹੋ ਜਿਹਾ ਲਿਆਉਂਦੇ ਆ, ਪਰ ਸਾਨੂੰ ਸੁਚੇਤ ਤੇ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਗੱਲ ਮੰਨ ਕੇ ਇੱਕਜੁੱਟ ਹੋਣਾ ਚਾਹੀਦਾ ਆ, ਭਾਵੇਂ ਸਾਡੇ ਥੋੜੇ ਥੋੜੇ ਹਰੇਕ ਥਾਂ ਬਖਰੇਵੇਂ ਆ, ਪਰ ਮੈਂ ਆਪਣੇ ਸਿੱਖ ਇਸ਼ੂਆਂ ਦੇ ਉੱਤੇ ਮੈਂ ਚਾਹੁੰਦਾ ਸਾਰੀ ਸੰਗਤ ਜਿਹੜੀ ਆ ਇੱਕਜੁੱਟ ਹੋ ਕੇ ਇਹੋ ਜਿਹਾ ਜਿਹੜਾ ਉਦਮ ਕਰਨ ਜਿਹੜਾ ਕਿ ਸਿੱਖਾਂ ਨੂੰ ਕੋਈ ਕੁਛ ਮਿਲ ਸਕੇ। ਸੋ ਮੇਰੀ ਇਹ ਬੇਨਤੀ ਆ, ਮੈਂ ਤੁਹਾਡੇ ਜਸ ਪੰਜਾਬੀ ਜੋ TV ਚੱਲਦਾ ਤੁਹਾਡਾ ਮੀਡੀਆ, ਕਿਉਂਕਿ ਸਿੱਖਾਂ ਦੇ ਵਿੱਚ ਇਸ ਵੇਲੇ ਸਿੱਖ ਕੌਮ 'ਚ ਮੀਡੀਆ ਦੀ ਬਹੁਤ ਘਾਟ ਆ, ਪਰ ਤੁਸੀਂ ਜਿਹੜਾ ਇਹ ਉਦਮ ਕਰਕੇ ਮੀਡੀਆ ਚਲਾ ਰਹੇ ਹੋ, ਚੰਗੇ ਮੁੱਦੇ ਲੈ ਕੇ ਆਉਂਦੇ ਹੋ, ਪਹਿਲਾਂ ਰਿਆੜ ਸਾਹਿਬ ਸੀਗੇ ਉਹਨਾਂ ਦੇ ਨਾਲ ਵੀ ਸਾਡੀ ਬਹੁਤ ਬਹੁਤ ਸੁਲਝੇ ਹੋਏ ਇਨਸਾਨ ਆ, ਉਹਨਾਂ ਨੂੰ ਵੀ ਸਾਡੀ ਫਤਿਹ ਬੁਲਾਇਓ। ਤੇ ਬਾਕੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ, ਸਾਧ ਸੰਗਤ ਜੀ ਇਕੱਠੇ ਹੋ ਕੇ ਤੇ ਇੱਕਜੁੱਟ ਹੋ ਕੇ ਇਹ ਜਿਹੜਾ ਆਪਣਾ ਕੁਛ ਇਨਸਾਫ਼ ਲੈ ਸਕਦੇ ਆ, ਨਹੀਂ ਖੇਰੂ ਖੇਰੂ ਹੋ ਕੇ ਕੁਛ ਨੀ ਮਿਲਣਾ। ਮੈਂ ਹਰਕੀਰਤ ਸਿੰਘ ਜੀ, ਆਲੂਵਾਲੀਆ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਤੁਸੀਂ ਸਾਨੂੰ ਇੱਥੇ ਸਮਾਂ ਦਿੱਤਾ ਸੰਗਤ ਦੇ ਨਾਲ ਆਪਣਾ ਜਿਹੜੇ ਦਿਲ ਦੇ ਬੁਲਬਲੇ ਸਾਂਝੇ ਕਰਨ ਵਾਸਤੇ। ਮੈਂ ਫਿਰ ਧੰਨਵਾਦ ਕਰਦਾ ਤੁਹਾਡਾ, ਸਾਰੇ ਤੁਹਾਡੇ ਸਟਾਫ ਦਾ, ਤੇ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਤੁਹਾਨੂੰ ਹੋਰ ਇਸ ਦੇ ਵਿੱਚ ਤਰੱਕੀ ਬਖਸ਼ੇ। ਮਿਹਰਬਾਨੀ 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 ਜੰਡੀ ਸਾਹਿਬ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਅਤੇ ਮੈਂ ਇੱਥੇ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਇੱਕ ਕਹਾਵਤ ਇਹਨਾਂ ਦੀ ਗੱਲ ਤੋਂ ਯਾਦ ਆ ਗਈ, ਹਮੇ ਤੋ ਆਪਣੋ ਨਹੀਂ ਮਾਰਾ ਹੋਰ ਕਿਸੇ ਮੇਂ ਕਹਾਂ ਦਮ ਥਾ, ਹਮੇ ਤੋ ਆਪਣੇ ਹੀ ਲੂਟ ਗਏ
लेकिन लूटा किसने और किन्हां ने लुटिया, यह हिंदी की कहावत सानू दसदी है। साड़ी कौम हुण कित्थे है, किस पासे है? कैप्टन अमरिंदर सिंह जी, यह जरूरी अज जरूर दसो। लेकिन तुसी तो कह रहे हो मैं कल्ले कल्ले नू अंदर कर देवांगा, किन्नू अंदर करोंगे? अज तुहानू साढ़े दर्शक दसणगे किन्नू अंदर करन दी लोड़ है। मिलदे हां ब्रेक तो बाद। दोस्तों मुड़ हाजिर हाँ तुहाडी खिदमत दे विच, हुण समां जी तुहाडी कॉल्स लैण दा और तुहाडे विचार सुनण दा। ते लैणे असीं अपनी पहली कॉल और जानने की कोशिश करते कि साडे दर्शक की कुछ सानू कहना चाहुंदे हन। सत श्रीकाल जी, तुसीं ऑन एयर हो, कौन बोल रहे हो, कित्थों बोल रहे हो? हेलो 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 जी, सत श्रीकाल जी, तुसीं ऑन एयर हो। हाँ जी, सत श्रीकाल जी। जी जी जी, मैं कहना चाहना भी अकाली जेडे ने बायकाट इस करके ना कीता भी हुण उहनां दी सुई जिहड़ी जा रही है। अच्छा, हौली हौली तां करके ओह बायकाट करदे ने। ते दूजी गल कैप्टन साहब दी, कैप्टन साहब ने भी बेअदबी कीती ना गुटका साहब हाथे च फड़ के कई कुछ किया। ਤੇ ਬਾਕੀ ਇਹਨੇ ਕਰਨਾ ਤੇ ਕੱਖ ਨੀ, ਰਲੇ ਨੇ ਵਿੱਚੋਂ ਲੋਕਾਂ ਨੂੰ ਬੁੱਧੂ ਬਣਾਉਂਦੇ, ਇੱਕ ਦੂਜੇ ਦੇ ਖਿਲਾਫ ਬਿਆਨ ਦੇਈ ਜਾਂਦੇ ਆ, ਪਰ ਕਰਨਾ ਕੁਝ ਨੀ। ਜੀ 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 ਜੀ, ਠੀਕ ਹੈ ਨਾ ਜੀ ਜੀ, ਮਿਹਰਬਾਨੀ ਮਿਹਰਬਾਨੀ ਤੁਹਾਡੀ। ਹੋਰ ਵੀ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਛੋਟੇ ਭਾਈ, ਮੈਂ ਬਲ ਬੋਲ ਰਿਹਾ ਹਾਂ ਕੈਲੀਫੋਰਨੀਆ ਤੋਂ। ਜੀ ਬਲ ਸਾਹਿਬ, ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੋ ਜੰਨੀ ਸਾਹਿਬ ਕਹਿ ਗਏ ਨੇ, ਬੜੇ ਸੁਲਝੇ ਹੋਏ ਨੇ, ਮੇਰੇ ਨਾਲ ਹੀ ਰਹਿੰਦੇ ਨੇ ਗੁਰਦੁਆਰੇ, ਅਸੀਂ ਇਕੱਠੇ ਮਿਲਦੇ ਰਹਿੰਦੇ ਹਾਂ, ਬੜਾ ਕੁਛ ਕਿਹਾ ਉਹਨਾਂ ਨੇ। ਜੀ ਜੀ, ਲੇਕਿਨ ਮੈਂ ਥੋੜ੍ਹਾ ਨਾ ਪਿੱਛੇ ਜਾਣਾ ਚਾਹੁੰਦਾ ਵਾਂ। ਜੀ ਵੇਖੋ, ਸਾਡੀ ਬਦਸਮਤੀ ਹੈਗੀ ਆ ਵੀ ਜਿੰਨਾ ਸਿੱਖ ਕੁਰਬਾਨ ਸਿੱਖ ਕੌਮ ਦੀਆਂ ਕੁਰਬਾਨੀਆਂ ਨੇਗੀਆਂ, ਜੋ ਕੁਛ ਹੋਇਆ ਹੈਗਾ ਸਾਰਾ ਕੁਛ, ਗੁਰੂ ਅਰਜਨ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ। ਜੀ ਹੈਲੋ ਹੈਲੋ ਹੈਲੋ, ਮੈਂ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੇ, ਜਦ ਕਾਲ ਤੁਹਾਡੀ ਸਾਡੇ ਨਾਲ ਕਨੈਕਟ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਆ ਕਰੋ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਸਾਡੇ ਕੋਲ ਸਹੀ ਤਰੀਕੇ ਨਾਲ ਪਹੁੰਚ ਸਕੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹਾਂਜੀ ਹਰਕੀਰਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਰਕੀਰਤ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੱਥਾ ਟੇਕਣ ਵਾਸਤੇ ਨੇ, ਨਾ ਕਿ ਮੱਥਾ ਲਾਉਣ ਵਾਸਤੇ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮੱਥਾ ਲਾਉਂਦਾ ਹੈ ਜੀ, ਉਹਦਾ ਕੁਛ ਨਾ ਰਿਹਾ ਅੱਜ ਤੱਕ ਜੀ, ਨਾ ਰਹਿਣਾ ਜੀ। ਇਹ ਪੋਲੀਟੀਕਲ ਬੰਦੇ ਨੇ, ਇਹ ਇਲੈਕਸ਼ਨ ਸਟੰਟ ਹੈਗਾ ਵੈ, ਉਹਦੇ ਲਈ ਇਹ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰੀ ਜਾਂਦੇ ਨੇ। ਇਹ ਉਹਨੂੰ ਦੂਸ਼ਣ ਲਾਉਂਦੇ ਨੇ, ਉਹ ਉਹਨੂੰ ਦੂਸ਼ਣ ਲਾਉਂਦੇ ਨੇ। ਮੈਂ ਥੋੜ੍ਹੀ ਦੇਰ ਪਹਿਲਾਂ ਡਿਬੇਟ ਦੇਖ ਰਿਹਾ ਸੀਗਾ, ਉਹ ਜਿਹੜਾ ਹਿੰਦੂ ਕਮਿਊਨਿਟੀ ਦਾ ਬੰਦਾ ਸੀਗਾ, ਉਹ ਸਿੱਖ ਨੂੰ ਸਮਝਾ ਰਿਹਾ ਸੀਗਾ ਤੁਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਨਹੀਂ ਚੱਲ ਰਹੇ, ਔਰ ਜਿਹੜਾ ਉਹ ਬੀਜੇਪੀ ਵਾਲਾ ਸਰਦਾਰ ਸਿੱਖ ਸੀਗਾ ਉਹ ਉਹਨੂੰ ਇਹ ਸਮਝਾ ਰਿਹਾ ਸੀ ਵੀ ਨਹੀਂ ਜੀ, ਤੁਸੀਂ ਲੋਕ ਮਾਰ ਗਏ, ਇਹ ਕੀਤਾ ਉਹ ਕੀਤਾ। ਅਲਟੀਮੇਟਲੀ ਆਪਾਂ ਉਸ ਚੀਜ਼ ਨੂੰ ਲਈਏ, ਸਾਰਿਆਂ ਨੂੰ ਪਤਾ ਹੈ ਕਿ ਸਾਰੇ ਹੀ 84 ਵਾਲੇ ਰਾਊਂਡਸ ਦੇ ਵਿੱਚ ਵੀ ਸਾਰੇ ਇਕੱਠੇ ਸਨ ਔਰ ਸਾਰਿਆਂ ਨੇ ਰਲ ਕੇ ਕੀਤਾ, ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਉਹ ਕਾਂਗਰਸ ਸੀ, ਭਾਵੇਂ ਉਹ ਬੀਜੇਪੀ ਸੀਗੀ, ਸਾਰੇ ਇੱਕ ਸਨ। ਜੇ ਇਹਨਾਂ ਦੀ ਬੈਕ ਸਟੋਰੀ ਆਪਾਂ ਦੇਖੀਏ ਤਾਂ ਉਹ ਸਾਰੇ ਇੱਕ ਹੀ। ਹੁਣ ਇੱਕ ਗੱਲ, ਇਹ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨ ਵਾਲੇ ਕਹਿ ਗਏ ਸੀਗੇ, ਕਹਿੰਦੇ ਜੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸੈਪਰੇਟ ਕੋਸ਼ਿਸ਼ ਇਹੋ ਜਿਹੀ ਕਰੀਏ ਕਿ ਸਾਡਾ ਕੁਛ ਆਪਣਾ ਘਰ ਬਣ ਜਾਵੇ ਜੀ। ਮੈਂ ਇਸ ਗੱਲ 'ਤੇ ਕਈ ਵਾਰੀ ਆਪਣੇ ਆਪ ਇਕੱਲਾ ਬੈਠਾ ਸੋਚਦਾ ਹੁੰਦਾ ਵਾਂ ਵੀ ਤੁਸੀਂ ਘਰ 'ਤੇ ਦੇਖੋ ਬਹੁਤ ਲੇਟ ਹੋ, ਮੇਰੇ ਮੁਤਾਬਕ ਜੋ ਮੇਰੀ ਪਰਸਨਲ ਰਾਏ ਹੈਗੀ ਹੈ, ਬਹੁਤ ਲੇਟ ਹੋ। 1947 ਦੇ ਵਿੱਚ ਇਹ ਕਲਾ ਕੇ ਸਿਨੈਰੀਓ ਸੀਗਾ, ਅੱਜ ਤੁਸੀਂ ਬਹੁਤ ਲੇਟ ਹੋ। ਔਰ ਜੇ ਸਾਡੀ ਇਸ ਮੂਰਖਤਾ ਜਿਹੜੀ ਅਸੀਂ ਖਰਚ ਕਰ ਲਓ ਕੋਈ ਕਰ ਲੈਂਦਾ ਤਾਂ ਕੀ ਤੁਸੀਂ ਪਟਨਾ ਸਾਹਿਬ, ਨਾਂਦੇੜ ਸਾਹਿਬ ਤੇ ਹਿਮਾਚਲ ਦੇ ਜਿਵੇਂ ਪਾਉਂਟਾ ਸਾਹਿਬ ਸਾਡੇ ਇਲਾਕੇ ਹੈ, ਉੱਥੇ ਤੁਸੀਂ ਇਹੋ ਜਿਹੇ ਗੁਰੂ ਘਰਾਂ ਦੇ ਵਿੱਚ ਤੁਸੀਂ ਫਿਰ ਵਿਜੇ ਲੈ ਕੇ ਜਾਓਗੇ? ਤੁਹਾਡਾ ਅੱਜ ਇੱਕ 70 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਲਈ ਸਾਡਾ ਧੁਰ ਤੱਕ ਹੀ ਹੋਰ ਲੱਗਾ ਹੋਇਆ ਹੈ, ਤੇ ਫਿਰ ਤੁਹਾਨੂੰ ਇਹ ਹਿੰਦੂ ਤੁਹਾਨੂੰ ਵੜਨ ਦੇਣਗੇ ਉਹਨਾਂ ਦੇ ਵਿੱਚ ਉੱਥੇ ਉਹਨਾਂ ਦੇ ਵਿੱਚ? ਮੇਰਾ ਸੁਝਾਅ ਹੈ ਸਾਰਿਆਂ ਨੂੰ ਵੀ ਭਾਈ ਠੰਡੇ ਦਿਮਾਗ ਨਾਲ ਸੋਚੋ, ਤੁਸੀਂ ਤੇ ਸਿਰਫ ਗੁਰਦੁਆਰਿਆਂ ਤੇ ਕਬਜ਼ੇ ਕਰਨ ਵਾਲੇ ਹੋ, ਪਹਿਲਾਂ ਗੁਰਦੁਆਰਿਆਂ ਦੇ ਵਿੱਚੋਂ ਕਬਜ਼ੇ ਕਰਨੇ ਬੰਦ ਕਰੋ। ਔਰ ਸਿੱਖਾਂ ਵਾਲਾ ਜਿਹੜਾ ਬਿਹੇਵੀਅਰ ਸਿੱਖ ਦਾ ਹੈਗਾ ਵੀ ਨਿਭ ਕੇ ਚੱਲਣ ਵਾਲਾ, ਰਲ ਮਿਲ ਕੇ ਬੈਠ ਕੇ ਫੈਸਲੇ ਕਰਨ ਵਾਲਾ, ਪਹਿਲਾਂ ਆਪਾਂ ਉਸ ਚੀਜ਼ ਨੂੰ ਸਿੱਖੀਏ, ਕਿਉਂਕਿ ਅਸੀਂ ਐਲਫਾਬੈਟ ਨਹੀਂ ਸਿੱਖ ਸਕੇ ਅਜੇ ਤੱਕ। ਜਿਹਦੇ ਕੋਲ ਦੋ ਕੁ ਦੁੱਕੀਆਂ ਜ਼ਿਆਦਾ ਨੇ ਉਹ ਕਹਿੰਦਾ ਵੀ ਲੈ ਵੀ ਮੈਂ 20 ਰੁਪਏ ਦੇ ਦਿੱਤੇ ਗੁਰਦੁਆਰੇ ਦੇ, ਮੈਂ 1 ਲੱਖ ਰੁਪਇਆ ਦੇ ਦਿੱਤਾ ਗੁਰਦੁਆਰੇ ਦੇ, ਗੁਰਦੁਆਰੇ ਦਾ ਮਾਲਕ ਮੈਂ ਵਾਂ, ਜਦਕਿ ਉਹ ਸੰਗਤ ਦਾ ਹੁੰਦਾ ਸਾਰਾ ਕੁਛ। ਸੋ ਇਹ ਚੀਜ਼ ਬੜੀ ਜਿਹੜੀ ਹੈਗੀ ਹੈ ਸਿੱਖ ਕੌਮ ਨੂੰ ਪਿੱਛੇ ਲਿਜਾ ਰਹੀ ਹੈ। ਮੇਰਾ ਵਿਚਾਰ ਇਹ ਹੈ, ਮੇਰੀ ਪਰਸਨਲ ਰਾਏ ਇਹ ਹੈਗੀ ਹੈ
ਕਿ ਕੋਈ ਇਹੋ ਜਿਹਾ ਕੰਮ ਕਰੋ, ਕਿਉਂਕਿ ਸਿੱਖਾਂ ਨੇ ਸਾਰੀ ਦੁਨੀਆਂ ਤੇ ਰਾਜ ਕਰਨਾ ਹੈ, ਨਾ ਕਿ ਕੋਈ ਤੁਸੀਂ ਇੱਕ ਛੋਟੀ ਜਿਹੀ ਸਟੇਟ ਲੈ ਲਓਗੇ ਉਹਦੇ ਨਾਲ ਤੁਹਾਨੂੰ ਕੋਈ ਬੈਨੀਫਿਟ ਨਹੀਂ, ਤੁਹਾਡਾ ਉਹ ਨੁਕਸਾਨ ਹੀ ਹੈ ਜੀ ਜੀ, ਸੋ ਇਹ ਨੁਕਸਾਨ ਤੇ ਤੁਸੀਂ ਕੁਛ ਨਹੀਂ ਕਰੋਗੇ ਜੀ, ਤੇ ਮੇਰੇ ਖਿਆਲ ਹੋਰ ਵੀ ਕਾਫੀ ਤੁਹਾਡੇ ਨਾਲ ਜੀ, ਮਿਹਰਬਾਨੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਆਪਣੇ ਵਿਚਾਰ ਸਾਡੇ ਨਾਲ ਰੱਖਣ ਦੇ ਲਈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਰਕੀਰਤ ਜੀ, ਤੁਹਾਨੂੰ ਤੇ ਜਸ ਟੀਵੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬੜਾ ਚੰਗਾ ਲੱਗਾ ਜੀ, ਪਰਸਨੈਲਿਟੀ ਤੁਹਾਡੀ ਗੁੱਡ, ਵਿਚਾਰ ਤੁਹਾਡੇ, ਬੋਲ ਬਲਈਆ ਸਲੀਕਾ ਤਰੀਕਾ ਬਹੁਤ ਵਧੀਆ ਲੱਗਿਆ ਜੀ। ਮਿਹਰਬਾਨੀ ਤੁਹਾਡੀ ਮਿਹਰਬਾਨੀ। ਪਰ ਨਾਲ ਹੀ ਇੱਕ ਮੈਨੂੰ ਸਵਾਲ ਕਰਨਾ ਪਿਆ ਤੁਹਾਡਾ, ਮੈਂ ਇੰਡੀਆ ਤੋਂ ਕੱਲ ਹੀ ਆਇਆ, ਮੇਰੇ ਦੋਸਤਾਂ ਨੇ ਕਾਫੀ 8-10 ਸਾਲ ਤੋਂ ਮੁੱਦਾ ਪ੍ਰੋਗਰਾਮ ਵੇਖਦੇ ਆ ਰਹੇ ਆ ਜੀ, ਸਰਦਾਰ ਦਵਿੰਦਰ ਸਿੰਘ ਗਰੇਵਾਲ ਜੀ, ਤੋਂ ਮੈਂ 2-3 ਮਹੀਨਾ 1.5 ਮਹੀਨਾ ਮਤਲਬ ਪੰਜਾਬ ਰਹਿ ਗਿਆ, ਪ੍ਰੋਗਰਾਮ ਨਹੀਂ ਵੇਖਿਆ, ਤੇ ਉਹਨਾਂ ਦਾ ਮੈਨੂੰ ਵੌਇਸ ਮੇਲ ਆਈ ਹੋਈ ਸੀ ਵੀ ਦੱਸੋ ਰਿਆੜ ਸਾਹਿਬ ਪ੍ਰੋਗਰਾਮ ਕਰਦੇ ਕਰਦੇ ਛੱਡ ਕੇ ਕਿੱਧਰ ਚਲੇ ਗਏ, ਜੇ ਤੁਹਾਨੂੰ ਕੋਈ ਜਾਣਕਾਰੀ ਹੋਈ ਹੈ ਤੇ ਉਹਨਾਂ ਨੂੰ ਸੁਖਦਾ ਸਾਹ ਜੀ, ਹੋਰ ਵੀ ਸਾਥੀ ਪੁੱਛ ਰਹੇ ਜੀ, ਮਿਹਰਬਾਨੀ ਕਰਿਓ ਦੱਸਣ ਦੀ ਜੀ 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 ਜੀ। ਥੋੜ੍ਹੀ ਜੀ ਤਬੀਅਤ ਠੀਕ ਨਹੀਂ ਹੈਗੀ ਜੀ, ਹੀ ਇਜ਼ ਨੋਟ ਫੀਲਿੰਗ ਵੈਲ, ਜਲਦ ਸਾਡੇ ਕੋਲ ਆਉਣਗੇ ਵਾਪਸ, ਹੀ ਵਿਲ ਬੀ ਬੈਕ ਸੂਨ, ਬਟ ਹਜੇ ਹੀ ਇਜ਼ ਨੋਟ ਫੀਲਿੰਗ ਵੈਲ ਅਤੇ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ। ਮਿਹਰਬਾਨੀ ਤੁਹਾਡੀ, ਸਾਡੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕੀਰਤ ਜੀ, ਮੈਂ ਰਾਜਕੁਮਾਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ, ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਜੀ, ਤੁਸੀਂ ਮੁੱਦਾ ਲੈ ਆਏ ਹੋ ਜੀ। ਅੱਜ ਕੋਰੀਡੋਰ ਬਾਰੇ ਗੱਲ ਹੋ ਰਹੀ ਸੀ ਜੀ ਖਬਰਾਂ ਵਿੱਚ, ਤੇ ਮੈਂ ਸਿੱਧੂ ਨੂੰ ਮੈਂ ਬੜਾ ਇਸ ਗੱਲ ਵਿੱਚ ਕਹਿੰਦਾ ਕਿ ਉਹਨੇ ਪਹਿਲ ਕੀਤੀ, ਤੇ ਮੈਂ ਉਸ ਗੱਲ ਤੇ ਮੈਂ ਖੁਸ਼ ਸੀ, ਬੜੇ ਬੜੀ ਅੱਛੀ ਗੱਲ ਹੈ, ਦਿਲ ਵਿੱਚ ਬੜੇ ਬਲਬਲੇ ਨੇ, ਬੜੇ ਚਾਅ ਨੇ ਜੀ ਕੇ ਜਾ ਕੇ ਵੇਖਾਂਗੇ ਨਾ ਜੀ, ਤੇ ਖੁਸ਼ੀਆਂ ਤੇ ਉਹ ਨੇ, ਪਰ ਇਹ ਸਿਆਸੀ ਲੋਕ ਅਜੇ ਬਹੁਤ ਕੁਝ ਅਜੇ ਵੇਖਣ ਵਾਸਤੇ ਮਿਲਣਾ ਮਤਲਬ ਅੱਗੇ ਬਹੁਤ ਸਾਰੀ ਰਾਜਕੁਮਾਰ ਸਾਹਿਬ, ਬਹੁਤ ਸਾਰੀ ਅਜੇ ਗੱਲਾਂ ਵੇਖਣ ਨੂੰ ਮਿਲਣਗੀਆਂ। ਮੈਂ ਤੁਹਾਨੂੰ ਹੋਰ ਸੁਣਨਾ ਚਾਹੁੰਦਾ ਸੀਗਾ, ਲੇਕਿਨ ਮੈਨੂੰ ਇੱਥੇ ਸਮਾਂ ਨਿੱਕੇ ਜੇ ਬ੍ਰੇਕ ਲਈ ਰੋਕ ਰਿਹਾ, ਮੈਂ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗਾ ਸਾਡੇ ਕਾਲਰਸ ਦੀ ਰਾਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ, ਮੈਂ ਇਕੱਲੇ ਇਕੱਲੇ ਨੂੰ ਅੰਦਰ ਕਰਾਂਗਾ, ਜੇਲ੍ਹ ਦੇ ਵਿੱਚ ਪਾਵਾਂਗਾ। ਮੈਂ ਨਹੀਂ ਕਹਿ ਰਿਹਾ, ਮਹਾਰਾਜਾ ਸਾਹਿਬ ਨੇ ਕਿਹਾ ਕੱਲ੍ਹ ਮੋਗਾ ਦੀ ਰੈਲੀ ਦੇ ਵਿੱਚ, ਇੱਕ ਵਾਰੀ ਤੁਹਾਨੂੰ ਸੁਣਾ ਦਿੰਦੇ ਹਾਂ। ਚਲੋ ਮਹਾਰਾਜਾ ਸਾਹਿਬ, ਇਕੱਲੇ ਇਕੱਲੇ ਨੂੰ ਅੰਦਰ ਕਰ ਦੋਗੇ ਤਾਂ ਠੀਕ ਹੈ, ਉਹ ਵੀ ਅਸੀਂ ਵੇਖ ਲਾਂਗੇ ਤੁਸੀਂ ਕਦ ਕਰੋਗੇ, ਪਰ ਪਹਿਲਾਂ ਇਹ ਦੱਸੋ ਕਿ 5 ਕਰੋੜ ਕਿੱਥੋਂ ਆਇਆ? ਕੱਲ੍ਹ ਰਾਏ ਸੁਣਿਆ ਕਿ ਅਸੀਂ ਮੋਗਾ ਦੀ ਰੈਲੀ ਦੇ ਵਿੱਚ 5 ਕਰੋੜ ਲਾਇਆ, ਤੁਸੀਂ ਖਜ਼ਾਨਾ ਤਾਂ ਤੁਹਾਡਾ ਖਾਲੀ ਪਿਆ, ਕਿਸਾਨ ਜੀਵਨ ਲੀਲਾ ਸਮਾਪਤ ਕਰ ਰਿਹਾ, ਰੋਜ਼ਗਾਰ ਮੁਹੱਈਆ ਹੈ ਨਹੀਂ ਪੰਜਾਬ ਦੇ ਵਿੱਚ, ਕਿੱਥੋਂ ਲਾਤਾ ਤੁਸੀਂ 5 ਕਰੋੜ? ਚਲੋ ਹੁਣ ਤੁਹਾਡੀ SIT ਦਾ ਤੁਹਾਡਾ ਹੁਣ ਸਾਥ ਵੀ ਨਹੀਂ ਦੇ ਰਹੀ ਸ਼੍ਰੋਮਣੀ ਅਕਾਲੀ ਦਲ, ਚਲੋ ਕੋਈ ਗੱਲ ਨਹੀਂ, ਲੈ ਲਾਂਗੇ ਤੁਹਾਡੇ ਤੋਂ ਵੀ ਜਵਾਬ, ਲੇਕਿਨ ਦਰਸ਼ਕ ਸੁਣ ਲਓ, ਤੁਹਾਡੇ NRI ਭਰਾ ਜਿਹੜੇ ਨੇ ਸਾਡੇ, ਉਹ ਕੀ ਤੁਹਾਨੂੰ ਕਹਿ ਰਹੇ ਨੇ, ਇੱਕ ਵਾਰੀ ਉਹਨਾਂ ਦੀ ਵੀ ਗੱਲ ਸੁਣ ਲਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਮਸਲਾ ਬੜਾ ਤੁਸੀਂ ਵਧੀਆ ਲੈ ਆਏ ਹੋ, ਸਾਰੇ ਸੁਣ ਰਹੇ ਹੋ, ਬਹੁਤ ਹੀ ਇੱਕ ਖੁਸ਼ੀ ਮਸਲਾ ਵਾ, ਸਿੱਖ ਕੌਮ ਇਸ ਤੇ ਹੱਲ ਚਾਹੁੰਦੀ ਆ। ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਭਾਜੀ, ਇਸ ਵੇਲੇ ਸਿੱਖ ਕੌਮ ਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਆ, ਕਾਫੀ ਚਿਰ ਤੋਂ ਸਿੱਖ ਇਕੱਠੇ ਨਹੀਂ ਹੋਏ, ਤੇ ਹੁਣ ਇਹ ਮਸਲੇ ਤੇ ਸਿੱਖ ਕੌਮ ਨੂੰ ਵਿਚਾਰ ਕਰਨ ਦੀ ਲੋੜ ਆ, ਤੇ ਤੁਹਾਨੂੰ ਇੱਕ ਪੋਲਿਸੀ ਹੁੰਦੀ ਆ, ਪੋਲਿਸੀ ਮੁਤਾਬਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਦੁਸ਼ਮਣ ਦੇ ਦਿਲ ਵਿੱਚ ਕੀ ਆ, ਉਸ ਨੂੰ ਮੁੱਖ ਰੱਖ ਕੇ ਤੁਹਾਨੂੰ ਅੱਗੇ ਦਾ ਜਿਹੜਾ ਪੈਂਤੜਾ ਤਿਆਰ ਕਰਨਾ ਪੈਂਦਾ ਵਾ, ਤੇ ਆਹ ਜਿਹੜਾ ਤੁਹਾਡਾ ਉਮਰਾਂ ਨਗਰ ਅਰੈਸਟ ਕੀਤਾ, ਪਤਾ ਲੱਗਾ ਵੀ ਇਹਨੇ ਅੰਦਰ ਖਾਤੇ ਜੋੜ ਪਾਇਆ, ਕਹਿੰਦਾ ਜੇਕਰ ਤੁਸੀਂ ਮੇਰੇ ਤੇ ਕੇਸ ਚਲਾਇਆ ਜਾਂ ਮੈਨੂੰ ਅੰਦਰ ਕੀਤਾ, ਜਿਹੜੇ ਪਹਿਲਾਂ ਮੁਕਾਬਲੇ ਮੈਂ ਕੀਤੇ ਤੁਹਾਡੇ ਕਹੇ ਤੇ, ਮੈਂ ਸਾਰੇ ਰਾਜ ਖੋਲ ਦਿਆਂਗਾ, ਤੇ ਇਹਦੇ ਕਰਕੇ ਇਹਦੀ ਜ਼ਮਾਨਤ ਤੋਂ ਵੀ ਇਹਨੂੰ ਕੁਛ ਵੀ ਨਹੀਂ ਹੋਣਾ, ਕਿਸੇ ਨੂੰ ਰਾਜ ਨੇ ਨਹੀਂ ਅੰਦਰ ਕਰਨਾ, ਬਸ ਇੱਕੋ ਹੀ ਆ ਵੀ ਜਿਹੜੀ ਇਲੈਕਸ਼ਨ ਆਉਣੀ ਉਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਤਲਬ ਹਰਾ ਦਿੱਤਾ ਜਾਵੇ, ਇਹੀ ਇੱਕ ਹੱਲ ਆ ਮੈਨੂੰ ਲੱਗਦਾ ਜੇ ਅਸੀਂ ਬਦਲਾ ਲੈ ਸਕਦੇ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਹੋਰ ਵੀ ਕਾਲਰਸ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਹਕੀਰਤ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੁੱਦਾ ਤਾਂ ਬਹੁਤ ਲਿਆਂਦਾ, ਪਰ ਜਿਹੜਾ ਕੈਪਟਨ ਬੜਕਾ ਮਾਰਦਾ ਮੈਂ ਅੰਦਰ ਕਰ ਦੂੰਗਾ, ਇਹ ਨਾ ਅੰਦਰੋਂ ਕਰਨਾ, ਕਿਸੇ ਨੂੰ ਨਾ ਇਹਨ ਕੱਢਣਾ, ਇਹਨੇ ਅੰਦਰ ਕੀਤਾ ਤੇ ਇਹਦੇ ਪਹਿਲਾਂ ਇਹਨੇ ਅੰਦਰ ਜਾਣਾ, ਸੈਂਟਰ ਉੱਤੇ ਬੈਠਾ ਇਹਦੇ, ਇੱਕ ਵਾਰੀ ਕਰਕੇ ਦੇਖ ਲਵੇ ਇਹ, ਤੇ ਉਸ ਵੇਲੇ ਉਹ ਰੇਡ ਕਰ ਦੇਣਾ ਆਪਣੇ ਜਿਹੜੀ ਹੈਗੀ ਆ ਵਿਜੀਲੈਂਸ ਵਾਲਿਆਂ ਨੇ। ਚਲੋ ਚਲੋ, ਬਿਲਕੁਲ, ਮੈਂ ਸਿਰਫ ਮੈਨੂੰ ਇੱਥੇ ਇੱਕ ਨਿੱਕੇ ਜਿਹੇ ਵਕਫੇ ਲਈ ਰੁਕਣਾ ਪੈ ਰਿਹਾ, ਕਿਉਂਕਿ ਸਾਨੂੰ ਬ੍ਰੇਕ ਲੈਣੀ ਵੀ ਇੰਪੋਰਟੈਂਟ ਹੁੰਦੀ ਹੈ। ਮੈਂ ਬ੍ਰੇਕ ਤੋਂ ਬਾਅਦ ਆ ਰਿਹਾ, ਫਿਰ ਤੁਹਾਡੇ ਵਿਚਾਰ ਜ਼ਰੂਰ ਲਵਾਂਗਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ ਕਾਫੀ ਸਾਰੇ ਕਾਲਰਸ ਜੁੜੇ ਹੋਏ ਹਨ ਉਹਨਾਂ ਦੇ ਵਿਚਾਰ ਆਪਾਂ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮੈਂ ਅਵਤਾਰ ਸਿੰਘ ਬੋਲ ਰਿਹਾ ਜੀ ਜੀ ਅਵਤਾਰ ਸਿੰਘ ਜੀ ਹਾਂਜੀ ਹੈਲੋ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ ਅੱਛਾ ਮੈਂ ਵੈਸੇ ਤਾਂ ਮੈਂ ਬਹੁਤ ਘੱਟ ਹੀ ਤੁਹਾਡੇ ਨਾਲ ਸਾਂਝ ਕੀਤੀ ਗੱਲਬਾਤ ਦੀ ਜੀ ਜੀ ਕੁਛ ਅੱਜ ਜ਼ਰੂਰੀ ਮਹਿਸੂਸ ਕਰਦਾ ਤੁਹਾਡੇ ਸਾਂਝ ਤੋੜ ਦੀ ਜੀ ਗੱਲ ਇਸ ਤਰ੍ਹਾਂ ਹੈ ਜੀ ਮੈਂ ਚਾਹਾਂਗਾ ਪਹਿਲੇ ਤੁਸੀਂ ਆਪਣੀ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਓ ਫਿਰ ਆਪਣੀ ਗੱਲ ਰੱਖ ਸਕਦੇ ਹੋ ਓਕੇ ਜੀ ਓਕੇ ਥੈਂਕ ਯੂ ਮੈਂ ਕਰ ਦਿੰਦਾ ਜੀ ਹਾਂਜੀ ਹੈਲੋ ਜੀ 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 ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਕੀ ਇਸ ਤਰ੍ਹਾਂ ਨਹੀਂ ਮਹਿਸੂਸ ਕਰ ਰਹੇ ਕਿ ਅਕਾਲੀਆਂ ਦਾ ਸਿੱਧਾ ਹੀ ਚੈਲੰਜ ਨਾ ਕਿ ਤੁਸੀਂ ਇਸ ਬਿਆਨ ਨੂੰ ਕਿਵੇਂ ਲੈਂਦੇ ਹੋ ਤੇ ਸਾਰੀ ਸਿੱਖ ਕੌਮ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ 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 ਬਿਲਕੁਲ ਮਿਹਰਬਾਨੀ ਜੀ ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦਾ ਵੀ ਵਿਚਾਰ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਮੈਂ ਦੁਬਾਰਾ ਆਇਆ ਵਾਂ ਮੈਂ ਫਿਰ ਫਰੀ ਮਾਊਂਟ ਤੋਂ ਬੋਲ ਰਿਹਾ ਅਜੀਤ ਸਿੰਘ ਬੱਲ ਜੀ 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 ਮੈਂ ਇੱਕ ਅਤੇ ਮੈਂ ਨਿਬੇੜ ਦੇਣੀ ਆ ਗੱਲ ਇਹ ਆ ਵੀ ਸਾਡੀ ਸਿੱਖ ਕੌਮ ਦੀ ਕਿਸਮਤ ਮਾੜੀ ਆ ਅਸੀਂ ਉਹਨਾਂ ਲੋਕਾਂ ਦੇ ਹੱਥ ਹੀ ਦੇ ਚੁੱਕੇ ਹੈਗੇ ਆ ਵਾਗਡੋਰ ਜਿਹਨਾਂ ਲੋਕਾਂ ਨੇ 1921 ਦੇ ਮੋਰਚੇ ਦੇ ਵਿੱਚ ਖੂਹਾਂ ਦੇ ਵਿੱਚ ਜ਼ਹਿਰ ਪਾ ਕੇ ਅੰਗਰੇਜ਼ਾਂ ਕੋਲੋਂ ਬਾਦਲ ਪਿੰਡ ਲਿਆ ਸੀਗਾ ਜੀ 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 ਅਸੀਂ ਉਹਨਾਂ ਕੋਲੋਂ ਕੀ ਆਸ ਰੱਖਦੇ ਜਾਂ ਉਹਨਾਂ ਚੇਲਿਆਂ ਨੂੰ ਕੀ ਆਸ ਰੱਖਾਂਗੇ ਮਹਾਰਾਜ ਸੱਚੇ ਪਾਤਸ਼ਾਹ ਦਾ ਮੇਰੀ ਦਾਸ ਆ ਤੁਹਾਡੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਖੜਾ ਛਡਾਵੇ ਕੌਮ ਦੇ ਕੋਈ ਚੰਗੇ ਨੇਤਾ ਪੈਦਾ ਕਰ ਸਕੇ ਜੀ 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 ਇਤਿਹਾਸ ਵੀ ਕਹਿੰਦਾ ਬਲ ਸਾਹਿਬ ਇਤਿਹਾਸ ਵੀ ਕਹਿੰਦਾ ਜੈਸਾ ਬਾਪ ਵੈਸਾ ਬੇਟਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਲੋੜ ਹੈਗੀ ਹੈ ਜੇਕਰ ਤੁਸੀਂ ਇਸ ਮੁੱਦੇ ਦੇ ਰਾਹੀਂ ਕੁਝ ਵੀ ਮੈਨੂੰ ਲਿਖਣਾ ਚਾਹੁੰਦੇ ਕਿਉਂਕਿ ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ ਬਟ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@justbroadcasting.com info@justbroadcasting.com ਦੇ ਉੱਤੇ ਮੈਂ ਫਿਲਹਾਲ ਤੁਹਾਡੇ ਤੋਂ ਅੱਜ ਇਜਾਜ਼ਤ ਚਾਹੁੰਦਾ ਮਿਲਦੇ ਹਾਂ ਕੱਲ੍ਹ ਇਸੇ ਟਾਈਮ ਕਰਾਂਗੇ ਤੁਹਾਡੇ ਨਾਲ ਔਰ ਪਾਵਾਂਗੇ ਕਿਸੇ ਨਵੇਂ ਮਸਲੇ ਦੇ ਉੱਤੇ ਸਾਂਝ ਔਰ ਕਰਾਂਗੇ ਤੁਹਾਡੇ ਨਾਲ ਅੱਜ ਦਾ ਮੁੱਦਾ ਬਹੁਤ ਬਹੁਤ ਧੰਨਵਾਦ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਰੱਬ ਰਾਖਾ